ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਲ ਟਾਈਮ ਲਰਨਰ ਦੇ ਉੱਪਰ। ਅਸੀਂ ਨਾਵਲਕਾਰਾਂ ਦੇ ਬਾਰੇ ਪੜ੍ਹ ਰਹੇ ਸੀ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਅਗਲੇ ਨਾਵਲਕਾਰ ਨਿਰੰਜਣ ਤਸਨੀਮ ਜੀ ਦੇ ਬਾਰੇ ਪੜ੍ਹਾਂਗੇ। ਨਿਰੰਜਣ ਤਸਨੀਮ ਦਾ ਪੰਜਾਬੀ ਗਲਪਕਾਰੀ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਅਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲ ਕਰੀਏ ਤਾਂ ਜਿਹੜਾ ਉਹਨਾਂ ਦਾ ਜਨਮ ਆ, ਜਿਹੜਾ ਆਪਣੇ ਨਾਨਕੇ ਤਰਨ ਤਾਰਨ ਦੇ ਵਿੱਚ 1 ਮਈ 1929 ਦੇ ਵਿੱਚ ਹੁੰਦਾ ਗਾ। ਤਰਨ ਤਾਰਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ MA ਅੰਗਰੇਜ਼ੀ ਕਰਦੇ ਨੇ ਅਤੇ ਉਸ ਤੋਂ ਬਾਅਦ ਉਹ ਕਾਲਜ ਲੈਕਚਰਾਰ ਦੇ ਤੌਰ 'ਤੇ ਨੌਕਰੀ ਕਰਦੇ ਨੇ। ਨਿਰੰਜਣ ਤਸਨੀਮ ਜਿਹੜਾ ਘਰ ਦਾ ਮਾਹੌਲ ਸੀਗਾ ਸ਼ੁਰੂ ਤੋਂ ਹੀ ਸਾਹਿਤਕ ਸੀਗਾ। ਉਸਦਾ ਕਾਰਨ ਸੀਗੇ ਉਹਨਾਂ ਦੇ ਤਾਇਆ ਜੀ ਸੀਗੇ ਪੂਰਨ ਸਿੰਘ ਹੁਨਰ ਅਤੇ ਉਹਨਾਂ ਦੇ ਚਾਚਾ ਜੀ ਸੀਗੇ ਮਹਿੰਦਰ ਸਿੰਘ ਕੌਸਰ। ਇਹ ਦੋਨੇ ਹੀ ਜਿਹੜੇ ਉਰਦੂ ਸ਼ਾਇਰੀ ਦੇ ਵਿੱਚ ਬਹੁਤ ਦਿਲਚਸਪੀ ਰੱਖਦੇ ਸੀਗੇ ਅਤੇ ਉਹਨਾਂ ਦੇ ਤਾਇਆ ਜੀ ਪੁੰਨ ਸਿੰਘ ਹੁਨਰ ਤਾਂ ਉਰਦੂ ਦੇ ਮੁਸ਼ਾਇਰਿਆਂ ਦੀ ਇੱਕ ਜਾਨ ਸਮਝਿਆ ਜਾਂਦਾ ਸੀ। ਉਹਨਾਂ ਨੂੰ ਇੱਕ ਸ਼ਾਇਰੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਸੀ ਅਤੇ ਉਹਨਾਂ ਦੇ ਪ੍ਰਭਾਵ ਦੇ ਅਧੀਨ ਨਿਰੰਜਣ ਤਸਨੀਮ ਵੀ ਸਾਹਿਤਕ ਰੁਚੀਆਂ ਦੇ ਵੱਲ ਪ੍ਰਭਾਵਿਤ ਹੁੰਦਾ ਅਤੇ ਉਹ ਪੜ੍ਹਨਾ ਸ਼ੁਰੂ ਕਰਦਾ ਅਤੇ ਹੌਲੀ ਹੌਲੀ ਲਿਖਣਾ ਸ਼ੁਰੂ ਕਰ ਦਿੰਦਾ ਗਾ। ਅਤੇ ਕਾਲਜ ਸਮੇਂ ਤੱਕ ਜਦੋਂ ਪਹੁੰਚਦੇ ਉਹਨਾਂ ਸ਼ੌਂਕ ਆ ਜਿਹੜਾ ਕਾਫ਼ੀ ਵੱਧ ਜਾਂਦਾ ਗਾ। ਨਿਰੰਜਣ ਤਸਨੀਮ ਨੇ ਗਜ਼ਲ ਲਿਖਣੀ ਸ਼ੁਰੂ ਕੀਤੀ ਉਰਦੂ ਦੇ ਵਿੱਚ ਸ਼ੁਰੂ ਦੇ ਵਿੱਚ। ਉਸ ਤੋਂ ਬਾਅਦ ਉਰਦੂ ਦੇ ਵਿੱਚ ਕਹਾਣੀਆਂ ਲੇਖ ਲਿਖੇ, ਪ੍ਰੰਤੂ ਸ਼ਿਮਲੇ ਵਿੱਚ ਨੌਕਰੀ ਕਰਦਿਆਂ ਜਿਹੜੀ ਉਸਦੀ ਮੁਲਾਕਾਤ ਆ ਪ੍ਰਸਿੱਧ ਕਵੀ ਈਸ਼ਵਰ ਚਿੱਤਰਕਾਰ ਨਾਲ ਹੋਈ ਅਤੇ ਉਸਦੇ ਸੰਪਰਕ ਵਿੱਚ ਆਉਣ ਨਾਲ ਤਸਨੀਮ ਦੇ ਸੋਚਣ ਦਾ ਢੰਗ ਦੇ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਗਾ। ਜਦੋਂ ਪ੍ਰਸਿੱਧ ਕਵੀ ਈਸ਼ਵਰ ਚਿੱਤਰਕਾਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਬਦਲਾਅ ਆਉਣਾ ਸ਼ੁਰੂ ਹੋ ਜਾਂਦੇ ਨੇ। ਜੇਕਰ ਉਹਨਾਂ ਦੇ ਨਾਵਲਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪਰਛਾਵਾਂ ਆਉਂਦਾ ਜੀ 1966 ਦੇ ਵਿੱਚ, ਜਿਹੜਾ ਕਿ ਦੋ ਪ੍ਰੇਮੀਆਂ ਦੀ ਮੁਲਾਕਾਤ ਨੂੰ ਪੇਸ਼ ਕੀਤਾ ਗਿਆ ਜਿਸ ਨਾਵਲ ਦੇ ਵਿੱਚ। ਇਹ ਪ੍ਰੇਮੀ ਨਾਇਕ ਅਤੇ ਨਾਇਕਾ ਆਂਤਰਿਕ ਮਨੋਵਚਨੀ ਰਾਹੀਂ ਆਪਣੇ ਭਾਵਾਂ ਨੂੰ ਵਿਅਕਤ ਕਰਦੇ ਹਨ ਇਸ ਨਾਵਲ ਦੇ ਵਿੱਚ। ਉਸ ਤੋਂ ਬਾਅਦ ਅਗਲਾ ਨਾਵਲ ਆਉਂਦੀ ਕਸਕ 1967। ਇਸ ਨਾਵਲ ਦੇ ਵਿੱਚ ਪਤਨੀ ਪਤੀ ਪਤਨੀ ਦੇ ਸਰੀਰਕ ਸੰਬੰਧਾਂ ਵਿੱਚ ਜਿਹੜਾ ਖੋਖਲਾਪਣ ਨੂੰ ਬਿਆਨ ਕੀਤਾ ਗਿਆ ਵੀ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਜਿਹੜਾ ਖੋਖਲਾਪਣ ਆ ਗਿਆ ਉਸਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੇਖਕ ਕਹਿਣਾ ਚਾਹੁੰਦਾ ਕਿ ਔਰਤ ਆ ਜਿਹੜੀ ਭੋਗ ਦੀ ਨਿਰਜੀਵ ਵਸਤੂ ਵਰਗਾ ਜੀਵਨ ਬਿਤਾਉਣ ਤੋਂ ਇਨਕਾਰੀ ਹੋ ਚੁੱਕੀ ਹੈ। ਉਹ ਨਹੀਂ ਚਾਹੁੰਦੀ ਕਿ ਮੈਨੂੰ ਸਿਰਫ ਇੱਕ ਨਿਰਜੀਵ ਵਸਤੂ ਦੇ ਵਾਂਗ ਸਮਝਿਆ ਜਾਵੇ ਅਤੇ ਕਾਮ ਸੰਬੰਧਾਂ ਦੇ ਵਿੱਚ ਉਹ ਬਰਾਬਰ ਦੀ ਭਾਗਦਾਰੀ ਚਾਹੁੰਦੀ ਹੈਗੀ। ਇਸ ਨਾਵਲ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਨਾਵਲਕਾਰ ਨੇ। ਉਸ ਤੋਂ ਬਾਅਦ ਨਾਵਲ ਆਉਂਦਾ ਜੀ ਤ੍ਰੇੜਾਂ ਅਤੇ ਰੂਪ। ਇਸ ਨਾਵਲ ਦੇ ਵਿੱਚ ਅਤੀਤ ਦੀਆਂ ਯਾਦਾਂ ਅਤੇ ਭਵਿੱਖ ਦੇ ਸੁਪਨਿਆਂ ਦਾ ਕਲਾਮੀ ਸੁਮੇਲ ਕਰਕੇ ਜੀਵਨ ਦੇ ਯਥਾਰਥ ਅਤੇ ਕਠੋਰ ਵਾਤਾਵਰਨ ਨੂੰ ਉਪਸਥਿਤ ਕੀਤਾ ਵੀ ਜੋ ਬੀਤ ਗਿਆ ਉਹ ਜਿਹੜੀਆਂ ਯਾਦਾਂ ਬਣੀਆਂ ਹੋਈਆਂ ਨੇ ਅਤੇ ਜਿਹੜਾ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸਮਾਂ ਜਿਹੜੇ ਸੁਪਨੇ ਨੇ ਉਹਨਾਂ ਨੂੰ ਮਿਲਾ ਕੇ ਜੋ ਜੀਵਨ ਦਾ ਯਥਾਰਥ ਹੈ, ਜੋ ਜੀਵਨ ਦਾ ਸੱਚ ਹੈ, ਉਹ ਸਾਨੂੰ ਉਸਦੇ ਜਿਹੜਾ ਕਠੋਰ ਵਾਤਾਵਰਨ ਨੂੰ ਪ੍ਰਸਤੁਤ ਕਰਨ ਦਾ ਯਤਨ ਨਾਵਲਕਾਰ ਨੇ ਕੀਤਾ ਗਾ। ਅਗਲਾ ਨਾਵਲ ਆਉਂਦਾ ਜੀ ਹਨੇਰਾ ਹੋਣ ਤੱਕ, ਜਿਹੜਾ 1971 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਗਾ। ਇਸ ਨਾਵਲ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਹੀ ਬਿਰਤਾਂਤ ਨੂੰ ਅੱਗੇ ਪਿੱਛੇ ਤੋਂ ਸ਼ੁਰੂ ਕਰਕੇ ਦੋ ਕਹਾਣੀਆਂ ਦੇ ਰੂਪ ਵਿੱਚ ਇੱਕ ਦੂਜੇ ਦੇ ਸਮਾਨਾਂਤਰ ਸੰਬਿਤ ਟਿਕਾਇਆ ਗਿਆ ਹੈ। ਅੱਗੇ ਪਿੱਛੇ ਤੋਂ ਸ਼ੁਰੂ ਹੁੰਦੀਆਂ ਨੇ ਦੋ ਕਹਾਣੀਆਂ ਨੇ ਇਸ ਨਾਵਲ ਦੇ ਵਿੱਚ, ਉਹਨੂੰ ਇੱਕ ਦੂਜੇ ਸਮਾਂਤਰ ਦੇ ਸੰਬਿਤ ਟਿਕਾਇਆ ਗਿਆ। ਇਸ ਵਿੱਚ ਫਰਾਇਡ ਦਾ ਜਿਹੜਾ ਮਨੋਵਿਗਿਆਨ ਦੇ ਦੋ ਕੇਂਦਰੀ ਸੰਕਲਪ ਨੇ, ਇੱਕ ਤਾਂ ਈਡੀਪਸ ਆ ਅਤੇ ਇਲੈਕਟਰਾ ਕੰਪਲੈਕਸ ਨੂੰ ਨਾਵਲ ਦੀ ਵਸਤੂ ਸਮੱਗਰੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਨਾਵਲ ਨਿਰੰਜਣ ਤਸਨੀਮ ਦੇ ਨਾਵਲਾਂ ਦੀ ਇਹ ਖਾਸੀਅਤ ਆ ਕਿ ਉਹ ਜਿਹੜਾ ਨਾਵਲ ਦੇ ਵਿੱਚ ਮਨੋਵਿਗਿਆਨਿਕ ਤੌਰ 'ਤੇ ਚਿੱਤਰਦਾ ਗਾ, ਵਿਸ਼ਿਆਂ ਨੂੰ ਮਨੋਵਿਗਿਆਨਿਕ ਵਿਸ਼ਿਆਂ ਨੂੰ ਛੂੰਹਦਾ ਗਾ, ਉਹ ਇਸ ਨਾਵਲ ਦੇ ਵਿੱਚ ਵੀ ਦੇਖਣ ਨੂੰ ਮਿਲਦਾ। ਇਸ ਵਿੱਚ ਸੈਕਸ ਨੂੰ ਮਨੁੱਖੀ ਜੀਵਨ ਦੀ ਇੱਕ ਸਹਿਜ ਲੋੜ ਦੇ ਰੂਪ ਵਿੱਚ ਬਿਨਾਂ ਕਿਸੇ ਅਪਰਾਧ ਭਾਵਨਾ ਦੇ ਪੇਸ਼ ਕੀਤਾ ਗਿਆ ਵੀ ਇਹ ਸਭ ਕੁਝ ਕੁਦਰਤੀ ਹੈ। ਜਿੱਥੇ ਮਨੁੱਖ ਨੂੰ ਹੋਰ ਜ਼ਰੂਰਤਾਂ ਦੀ ਲੋੜ ਹੁੰਦੀ ਹੈਗੀ, ਕੁਦਰਤੀ ਜ਼ਰੂਰਤਾਂ, ਉਸੇ ਤਰ੍ਹਾਂ ਸੈਕਸ ਵੀ ਮਨੁੱਖੀ ਜੀਵਨ ਦੇ ਵਿੱਚ ਉਹ ਜਿਹਾ ਸਹਿਜ ਹੈਗਾ, ਕੋਈ ਇਹਨੂੰ ਇੰਨਾ ਖਾਸ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ, ਇਹ ਸਹਿਜ ਆ ਅਤੇ ਜ਼ਿੰਦਗੀ ਦੇ ਲਈ ਜ਼ਰੂਰੀ ਹੈ, ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਾਵਲਕਾਰ ਨੇ ਇਸ ਨਾਵਲ ਦੇ ਵਿੱਚ। ਇੱਕ ਹੋਰ ਨਵਾਂ ਸਾਲ ਨਾਵਲ
बहुत महत्वपूर्ण नावल है 1976 दे विच प्रकाशित हुंदा। इस नावल दे राही नावलकार आ जिहड़ा मजदूरां दे जीवन दर्शाउण वाले एक समाजिक नावल की रचना करता पहली बार। इस दी कहानी है कि एक रिक्शा चालक की कहानी हैगी जिहदे रिक्शा चालक का जिहड़ा जिंदगी का कठोर जीवन आ जिहड़ा उहनू इन्नी मेहनत करता इन्नी तंगियां तुरसियां झलदा उसनू दिखाया गया। उसके प्रति सहानुभूति भी दिखाई गई है भी वह जिंदगी दे विच कितनी मेहनत करता गा। तो नावल नावल इसलिए भी महत्वपूर्ण आ क्योंकि ये पंजाब स्कूल सिक्ख्या बोर्ड के सिलेबस 10वीं के सिलेबस के शामिल है पंजाबी की पाठ पुस्तक के। उस तो पहला पोह फटाले तो पहला गुरदयाल सिंह का नावल हुंदा सी ते हुण एक होर नवा साल निरंजन तसनीम दा ये नावल सिलेबस के शामिल आ। उस तो बाद अगला नावल आ जदों सवेर हुई 1977 दे विच प्रकाशित हुंदा गा। इस वे नावल दे विच हिंदुस्तान ते पाकिस्तान दी वंड दे पहलां दीआं समाजिक ते सभ्याचारक परिस्थितियां नूं पेश करन दी कोशिश कीती गई आ ते उहनां दा विश्लेषण कर भी कीता गया वी विभाजन तों पहलां किहो जिहियां समाजिक ते सभ्याचारक हालात सीगे। उस तो अगला नावल हुंदा जी जुगां तों पार 1981 दे विच प्रकाशित हुंदा गा। ये जिहड़ा पंजाबी दे प्रसिद्ध कवि चित्रकार ईश्वर चित्रकार दे जीवन दा गल्पी करना उन्होंने जिहड़ा जिंदगी या जीवन आ ईश्वर चित्रकार दा उसनू नावल दे रूप विच पेश कीता गया जुगां तों पार 1981 दे विच। ते उन्होंने जिंदगी निरंजन तसनीम की जिंदगी दे उत्ते उन्हों दा प्रभाव भी काफ़ी सी ईश्वर चित्रकार दा ते उसनू इन्होंने इस नावल दे विच बयान करन दी कोशिश की उन्होंने जीवन नू। गवाचे अर्थों दा नावल जी उस तों बाद बहुत इंपोर्टेंट आ 1993 दे विच। इस तरह जदों सवेर हुई नावल का सीक्वल है उसका अगला भाग आ गया ही गवाचे अर्थ। गवाचे जदों सवेर हुई दे विच दिखाया गया सीगा भी वंड तो पहला दा समाजिक ते सभ्याचारक जीवन ते इस दे विच वंड तो पहला दे सांझे सभ्याचारक पछोकड़ नूं लैके वर्तमान काल दे दुखां तक दी कहानी नूं पेश कीता गया। उस तो वंड तो पहला उस जिहड़ा जदों सवेर हुई दे विच सिर्फ वंड तो पहला सी इस तों अगे जाके दिखाते हैं बन तो पहला भी दिखाते हैं तो वर्तमान काल के दुखांत भी हूँ कहो जहाँ जीवन है बन तो बाद उसू भी गवाचे अर्थ के दिखाया गया गा। इस जोड़े पात्र ने कुछ पात्र तो पहला वाले नावल ने कुछ नवे शामिल किए गए हैं 1993 गवाचे अर्थ के। जेकर मान सम्मान की गल करिए निरंजन तसनीम जोड़ा उन्होंने नावल आप गल करके हटे गवाचे अर्थ जोड़ा कि जो सवेर हुई तो सीक्वल है 1993 के प्रकाशित हों। तो इन्हों 1999 साहित्य अकादमी इनाम के नाल पुरस्कार प्राप्त होंदा गा इस नावल नूं। तो 2015 पंजाबी साहित्य रत्न का इनाम भी निरंजन तसनीम नूं प्राप्त होंदा गा। हुण जेकर उन्होंने संपूर्ण रचनावां की गल करिए सब तो पहला आउंदी जी स्वै जीवनी आईने दे राय रूबरू। उस तो बाद कहानी संग्रह की गल करिए उन्होंने कहानियां भी लिखिया ने कहानी संग्रह लिखे ने दो एकता जी हैगा 16 सिंगार ते लेखा जोखा। उस तो बाद नावल आउंदे ने जी नावलकार के तौर पर उन्होंने जाने जाता नावलों के सब तो पहला आउंदा सी 1966 के परछावें आपां पहला भी गल करके आए हैं कसक 1967 के त्रेड़ा ते रूप 1968 के रेत साल 1969 के हनेरा होण तक 1971 एक होर नवा साल 1976 बहुत इंपोर्टेंट जदों सवेर हुई 1977 जुगां तों पार 1981 ते अजनबी लोक 1980 गवाचे अर्थ 1993 बहुत इंपोर्टेंट क्योंकि इस दे लई साहित्य अकादमी भी प्राप्त हुंदा तलाश कोई सदीवी 1999 उन्हां दे नावल ने ते नावलों के करके ही उन्होंने साहित्य जगत के पछाण लगी। नावलों तो बिना उन्होंने पंजाबी नावलों के उपर आलोचना का काम भी किया एक आलोचक के तौर पर उन्होंने आलोचना दिन किताबा ने पंजाबी नावल का आलोचनात्मक अध्ययन 1973 पंजाबी नावल का मुहांदरा 1979 मेरी नावल निगारी 1985 नावल कला ते मेरा अनुभव 1996। सो ये नावलकार निरंजन तसनीम जी का जीवन तो उन्हें रचनावां के बारे संखेप के जानकारी असी इस तो पहला वीडियो के
ਨਾਵਲਾਂ ਦੀ ਬਾਰੇ ਗੱਲ ਕਰਕੇ ਆਏ ਹਾਂ, ਨਾਨਕ ਸਿੰਘ ਦੀ ਬਾਰੇ ਗੱਲ ਕਰਕੇ ਆਏ, ਗੁਰਦਿਆਲ ਸਿੰਘ ਦੀ ਬਾਰੇ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹ ਵੀਡੀਓ ਵੀ ਜ਼ਰੂਰ ਦੇਖੋ, ਅਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਿਓ, ਨਾਲ ਹੀ ਬੈੱਲ ਦਾ ਆਈਕੋਨ ਵੀ ਪ੍ਰੈੱਸ ਕਰੋ ਤਾਂ ਕਿ ਸਾਨੂੰ ਸਮੇਂ ਸਿਰ ਪਤਾ ਲੱਗ ਸਕੇ।